पंजाब के पठानकोट से किडनैप किए गए कारोबारी के 7 साल के बच्चे को पंजाब पुलिस ने 6 घंटे में हिमाचल के कांगड़ा जिला से नूरपुर से बरामद किया। मामले में पुलिस ने 2 आरोपियों को भी अरेस्ट किया है। इसमें से एक कांगड़ा के नूरपुर का रहने वाला है। बीएसएफ से बर्खास्त अमित राणा पूरे घटनाक्रम का मास्टरमाइंड था। आरोपियों ने 2 करोड़ रुपए की फिरौती की भी मांग की थी। सूचना मिलते ही पंजाब पुलिस हरकत में आई और फिर हिमाचल प्रदेश पुलिस से भी संपर्क किया। 6 घंटे में ही मामले को सुलझा कर रात को ही बच्चे को परिवार को सौंप दिया गया है। देखो ये आज बड़ा अनफॉर्चुनेट इंसिडेंट हुआ सी। तकरीबन 2:45 बच्चे नो किडनैप किया गया सी। और जदों सानू पता लग्या, अज मैं भी पठानकोट सी सीगा, मैं और SSP साहब इकट्ठी किसी जरूरी मीटिंग ते सीगे। उस वेले ही पुलिस ने साडी सारी पठानकोट जिन्हें भी साढ़े अफसर आ, साढ़े SHO साहबान और जिन्हें भी साढ़े सारे कर्मचारी आ, सारे ने उस वेले काम शुरू कर दिता गया। बच्चे के पेरेंट्स नूं भी असी उस वेले मिले और जो भी जरूरी कदम सी असी वो कदम ले। सब तो पहलों इदां दे इंसीडेंट ये होंदा कि बच्चा सुरक्षित घर वापस आ जाए और सारी मेहनत साड़ी पंजाब पुलिस ने ਇਹਦੇ ਨਾਲ ਨਾਲ ਸਾਡੇ ਮਾਨਯੋਗ DGP ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ ਰਾਬਤਾ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ। ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ ਸਪੋਰਟ ਕੀਤਾ, ਸਾਡੀ ਪੂਰੀ ਹੈਲਪ ਕੀਤੀ। ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ, ਇਹਨਾਂ ਦੋਨਾਂ ਨੇ ਇਹਦੇ 'ਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕਿਹੜੇ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਹੈਗੇ ਆ। ਅਮਿਤ ਰਾਣਾ ਇੱਕ ਐਕਸ BSF ਕੌਂਸਟੇਬਲ ਆ, ਉੱਥੋਂ ਡਿਸਮਿਸ ਹੋਇਆ ਹੋਇਆ, ਉਹਦੇ ਖਿਲਾਫ਼ ਹੋਰ ਵੀ FIR ਕੇਸਿਸ ਰਜਿਸਟਰਡ ਹੈਗੀਆਂ ਹੈ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਸਰ ਕਿਹੜੀ ਜਗ੍ਹਾ ਤੋਂ ਸਰ ਰੈਕੀ ਕੀਤੀ ਜਾ ਰਹੀ ਹੈ ਕਿਹੜੀ ਜਗ੍ਹਾ ਤੋਂ ਸਰ? ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ 'ਚ ਆਇਆ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲਵ ਹੈਗੇ ਆ ਅਸੀਂ ਮੈਂ ਹਾਲੇ ਹੋਰ ਜ਼ਿਆਦਾ ਨਹੀਂ ਮੈਂ ਤੁਹਾਨੂੰ ਦੱਸ ਸਕੂੰਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ